ਪੀਏਯੂ ਲੁਧਿਆਣਾ ਵਿਖੇ ਸ਼ੁਰੂ ਹੋਏ 3 ਦਿਨਾਂ ਕਿਸਾਨ ਮੇਲੇ ਦੇ ਪਹਿਲੇ ਦਿਨ ਸੋਨਾਲੀਕਾ ਨੇ ਯੂਰਪ ਵਿੱਚ ਡਿਜ਼ਾਈਨ ਕੀਤੇ ਨੈਕਸਟ ਜਨਰੇਸ਼ਨ ਟੈਕਨੋਲੋਜੀ ਟਾਈਗਰ ਸੀਰੀਜ਼ ਟਰੈਕਟਰ ਲਾਂਚ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਨੁਮਾਇੰਦੇ ਰਮਨ ਮਿੱਤਲ ਨੇ ਦੱਸਿਆ ਕਿ ਸੋਨਾਲੀਕਾ ਵੱਲੋਂ DI-60 DI-750 ਸਿਕੰਦਰ DL-X ਮਾਡਲਸ ਦੇ ਟਰੈਕਟਰ ਜੋ 12+ ਗੇਅਰ ਯੁਕਤ ਹਨ ਨੂੰ ਪੰਜਾਬ ਵਿੱਚ ਲਾਂਚ ਕਰਕੇ ਵੱਡਾ ਮਾਣ ਪ੍ਰਾਪਤ ਕੀਤਾ। ਸ਼੍ਰੀ ਮਿੱਤਲ ਦਾ ਕਹਿਣਾ ਸੀ ਕਿ ਸੋਨਾਲੀਕਾ ਦਾ ਮੁੱਖ ਕਾਰਨ ਪੂਰੇ ਖੇਤਰ ਵਿੱਚ ਤਕਨੀਕੀ ਅਪਗ੍ਰੇਡੇਸ਼ਨ ਅਤੇ ਇਨੋਵੇਸ਼ਨ ਦੇ ਨਾਲ ਨਾਲ ਕਿਸਾਨਾਂ ਦੀਆਂ ਲੋੜਾਂ ਪਹਿਲ ਦੇ ਆਧਾਰ 'ਤੇ ਪੂਰਾ ਕਰਨਾ ਹੈ। ਇਸ ਮੌਕੇ ਸ਼੍ਰੀ ਵਿਵੇਕ ਗੁਪਤਾ ਨੇ ਦੱਸਿਆ ਕਿ ਕੰਪਨੀ 120 ਦੇਸ਼ਾਂ ਵਿੱਚ ਸਭ ਤੋਂ ਜ਼ਿਆਦਾ ਅਤੇ ਉੱਚ ਕੁਆਲਿਟੀ ਪ੍ਰੋਡਕਟ ਦੀ ਪੇਸ਼ਕਸ਼ ਕਰਦਾ ਹੈ। ਸਰ ਜੈਸੇ ਵੀ ਮੈਂ ਆਪਕੋ ਵੈਸੇ ਬਤਾਇਆ ਕਿ ਹਮਨੇ ਯਹਾਂ ਪੇ ਅਬ 3 ਸੀਰੀਜ਼ ਲੇਕਰ ਆਏ ਹੋਏ ਹੈਂ। ਇੱਕ ਹਮਾਰੀ MM ਸੀਰੀਜ਼ ਹੈ, ਇੱਕ ਸਿਕੰਦਰ ਡਿਲਕਸ ਸੀਰੀਜ਼ ਹੈ ਔਰ ਟਾਈਗਰ ਸੀਰੀਜ਼ ਹੈ। ਕਰਨਮ ਸੀਰੀਜ਼ ਹਮਾਰੀ ਇੱਕ ਬੇਸਿਕ ਸੀਰੀਜ਼ ਹੈ ਜੋ ਕਸਟਮਰ ਕੀ ਕੰਪੀਟੀਟਿਵ ਪ੍ਰਾਈਸ ਕੇ ਅੰਦਰ ਉਸਕੋ ਸਾਰੀ ਬੇਸਿਕ ਫੈਸਿਲਿਟੀ ਮਿਲਤੀ ਹੈ। ਸਿਕੰਦਰ ਆਲਰੇਡੀ ਹਮਾਰੀ 3-4 ਸਾਲ ਸੇ ਔਨ ਸੀਰੀਜ਼ ਹੈ, ਜਿਸਕਾ ਮੈਂ ਬਹੁਤ ਹੀ ਅੱਛਾ ਰਿਸਪਾਂਸ ਮਿਲਾ ਕਸਟਮਰ ਸੇ। ਆਜ ਹਮ ਉਸਕੋ ਥੋੜਾ ਸਾ ਅਪਡੇਟ ਡਿਲਕਸ ਕੇ ਨਾਮ ਸੇ ਲੇਕਰ ਆਏ ਹੈਂ, ਜਿਸਮ ਨੇ 12+12 ਬੂਟ ਜੇਅਰ ਕੇ ਸਾਥ ਹਮਨੇ ਉਸਕੋ ਲਾਂਚ ਕੀਆ ਹੈ। ਤੀਸਰੀ ਜੋ ਇੱਕ ਨਏ ਯੂਥ ਕੇ ਲੀਏ ਨਈ ਜਨਰੇਸ਼ਨ ਯੂਰੋਪ ਡਿਜ਼ਾਈਨ ਕੇ ਹਿਸਾਬ ਸੇ ਹਮਾਰੀ ਟਾਈਗਰ ਹੈ, ਜੋ ਕਿ ਵਨ ਆਫ ਦਾ ਪ੍ਰੀਮੀਅਮ ਸੀਰੀਜ਼ ਹੈ। ਉਸਮੇ ਹਮਾਰਾ ਜੋ ਸਬਸੇ ਬੜਾ ਫੀਚਰ, ਜੈਸੇ ਮੈਂ ਆਪਕੋ ਬਤਾਇਆ, 4 ਲੀਟਰ ਕਾ ਉਸਕੇ ਅੰਦਰ ਇੰਜਨ ਹੈ ਜੀ। 4 ਲੀਟਰ ਕਾ ਇੰਜਨ ਆਜ ਤੱਕ ਟੈਕ ਇੰਡਸਟਰੀ ਮੇ ਅਭੀ ਤੱਕ ਨਹੀਂ ਆਇਆ ਹੈ। ਔਰ ਉਸਮੇ ਏਕ ਹਮ ਸਕਾਈ ਵਾਸ ਟਾਈਮ ਮੇ, ਜਿਸਸੇ ਸਾਰਾ ਵੋ ਟੈਕਨੀਕਲੀ ਆਪਣੇ ਕਸਟਮਰ ਆਪਣੇ ਹੀ ਮੋਬਾਈਲ ਸੇ ਸਾਰੇ ਟਰੈਕਟਰ ਨੂੰ ਚੈੱਕ ਕਰ ਸਕਦੇ ਹੈ ਕਿ ਕਹਾਂ ਟਰੈਕਟਰ ਚੱਲ ਰਿਹਾ ਹੈ, ਕਹਾਂ ਕਹਾਂ ਕੇ ਉਸਕਾ ਟਰੈਕਟਰ ਚੱਲ ਰਿਹਾ ਹੈ। ਕਿਸਾਨ ਮੇਲੇ ਦੌਰਾਨ ਮਹਿੰਦਰਾ ਵੱਲੋਂ ਵੀ ਆਪਣੇ ਟਰੈਕਟਰ ਬ੍ਰਾਂਡ ਨੂੰ ਨਵੀਂ ਤਕਨੀਕ ਦੇ ਨਾਲ ਨਾਲ ਕਫਾਇਤੀ ਕੀਮਤ ਕਾਰਨ ਜ਼ਿਮੀਦਾਰਾਂ ਦੀ ਪਹਿਲੀ ਪਸੰਦ ਵਾਲੀ ਕਤਾਰ ਨੂੰ ਬਰਕਰਾਰ ਰੱਖਦੇ ਹੋਏ ਇੱਕ ਬੱਚਾ ਟਰੈਕਟਰ ਵੀ ਲਾਂਚ ਕੀਤਾ ਜੋ ਖਿੱਚ ਦਾ ਕੇਂਦਰ ਬਣਿਆ। ਕੰਪਨੀ ਨੁਮਾਇੰਦਿਆਂ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਮਹਿੰਦਰਾ ਵੱਲੋਂ ਸਾਰੇ ਜ਼ਿਮੀਦਾਰ ਭਰਾਵਾਂ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਤੁਸੀਂ ਸਟੋਲ 'ਤੇ ਸਾਡੀ ਵਿਜ਼ਿਟ ਕੀਤੀ ਹੈ। ਮੈਂ ਦੱਸਣਾ ਚਾਹ ਰਿਹਾ ਕਿ ਅੱਜ ਮਹਿੰਦਰਾ ਕੰਪਨੀ ਪੰਜਾਬ ਦੇ ਜ਼ਿਮੀਦਾਰ ਭਰਾਵਾਂ ਲਈ 15 ਹਾਸਪਾਵਰ ਤੋਂ ਲੈ ਕੇ 75 ਹਾਸਪਾਵਰ ਦੇ ਵਿੱਚ 4-wheel ਡਰਾਈਵ ਦੇ ਵਿੱਚ ਸਾਰੇ ਟਰੈਕਟਰ ਦੀ ਰੇਂਜ ਲੈ ਕੇ ਆਈ ਹੈ, ਜਿਹੜੀ ਕਿ ਅੱਜ ਦੇ ਟਾਈਮ 'ਤੇ ਬਹੁਤ ਵੱਡੀ ਜ਼ਰੂਰਤ ਪੈ ਗਈ ਹੈ। ਕਿਉਂਕਿ ਕਹਿੰਦੇ ਨੇ ਕਿ ਟਰੈਕਟਰ ਤੋਂ ਜੇ ਕੰਮ ਤਾਂ ਲੈ ਰਹੇ, ਲੇਕਿਨ ਹੋਰ ਵੱਧ ਤਰੀਕੇ ਨਾਲ ਕੰਮ ਲੈਣਾ ਹੋਵੇ ਤਾਂ ਪਿੱਛੇ ਦੇ ਜਿਹੜੇ ਇੰਪਲੀਮੈਂਟ ਹੈਗੇ ਆ ਉਹ ਵੀ ਵੱਡੇ ਹੁੰਦੇ ਜਾ ਰਹੇ ਆ, ਅਤੇ ਵੱਡੇ ਇੰਪਲੀਮੈਂਟ ਲਈ ਜਿਹੜੀ ਹੈ ਕਿ 4-wheel ਡਰਾਈਵ ਟਰੈਕਟਰ ਦੀ ਉਪਾਰਮੈਂਟ ਜਿਹੜੀ ਆ ਵਧਦੀ ਜਾ ਰਹੀ ਹੈ। ਅੱਜ ਉਹ ਲੈ ਕੇ ਆਏ ਹਾਂ ਜਿੰਨਾ ਕਿ ਟਰੈਕਟੋ ਸੀਟ ਪਲਾਂਟ ਹੈਗਾ, ਦੂਜਾ ਰੋਟਾਮੀਟਰ ਹੈਗਾ, ਸੀ ਕਲਚਰ ਹੈਗਾ, ਇਹ ਸਾਰੇ ਇੰਪਲੀਮੈਂਟਸ ਲਈ ਅੱਜ ਮਹਿੰਦਰਾ ਜਿਹੜੀ ਕਿ ਜ਼ਿਮੀਦਾਰ ਨੂੰ ਇੱਕ ਲੁਧਿਆਣਾ ਤੋਂ RS ਖਾਲਸਾ ਦੇ ਨਾਲ ਗੁਰਮੀਤ ਨਿੱਜਰ ਦੀ ਰਿਪੋਰਟ, ਫੋਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।